ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਟੀ ਵੀ। ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ। ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ, ਪ੍ਰਾਈਮ ਡਿਸਕਸ਼ਨ ਵਿਦ ਜਤਿਨ ਤੇ ਪੰਨੂ। ਅੱਜ ਵੀ ਖਾਸ ਮੁੱਦਿਆਂ ਉੱਤੇ ਪੰਨੂ ਸਾਹਿਬ ਜੀ ਦੀ ਰਾਏ ਲਵਾਂਗੇ, ਸੋ ਸਵਾਗਤ ਕਰਦੇ ਹਾਂ ਜਤਿਨ ਤੇ ਪੰਨੂ ਜੀ ਦਾ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਅੱਜ ਵੀ ਬਹੁਤ ਸਾਰੀਆਂ ਖਾਸ ਗੱਲਾਂ ਨੇ, ਖਾਸ ਮੁੱਦੇ ਨੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਦੀ। ਕਹਿੰਦੇ ਨੇ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਉਹਨਾਂ ਖਿਲਾਫ਼, ਪੂਰਾ ਮਾਮਲਾ ਕੀ ਹੈ? ਇੱਕ ਨੇ ਦੋ ਤਿੰਨ ਅਰਜ਼ੀਆਂ ਹੋ ਗਈਆਂ ਨੇ। ਮੇਰਾ ਖਿਆਲ ਹੈ ਕਿ ਭਾਰਤੀ ਜਨਤਾ ਪਾਰਟੀ ਵਾਲੇ ਇਸ ਬੀਬੀ ਨੂੰ ਟਿਕਟ ਦੇ ਕੇ ਕਸੂਤੇ ਫਸਣਗੇ ਜੀ। ਕਾਨੂੰਨੀ ਤੌਰ 'ਤੇ ਇਸ ਬੀਬੀ ਦੇ ਚੋਣ ਲੜਨ ਦੇ ਉੱਤੇ ਹਾਲ ਦੀ ਘੜੀ ਕੋਈ ਪਾਬੰਦੀ ਨਹੀਂ। ਜੇ ਜੇਲ੍ਹ 'ਚ ਬੈਠੀ ਹੁੰਦੀ ਤਾਂ ਵੀ ਕੋਈ ਪਾਬੰਦੀ ਨਹੀਂ, ਕਿਉਂਕਿ ਉਹਨੂੰ ਸਜ਼ਾ ਨਹੀਂ ਹੋਈ। ਸਜ਼ਾ ਹੋਈ ਹੋਵੇ, 3 ਸਾਲ ਤੋਂ ਵੱਧ ਹੋਈ ਹੁੰਦੀ, ਅਤੇ ਫਿਰ ਪਾਬੰਦੀ ਸੀ, ਉੱਦਾਂ ਕੋਈ ਪਾਬੰਦੀ ਨਹੀਂ, ਚੋਣ ਲੜ ਸਕਦੀ। ਅਤੇ ਜੇ ਚੋਣ ਲੜ ਸਕਦੀ ਹੈ ਤਾਂ ਅੱਜ ਲੜਾਉਣ ਲੱਗੇ, 2014 'ਚ ਕਿਉਂ ਨਾ ਲੜਾਤੀ, ਉਦੋਂ ਲੜਾ ਦਿੰਦੇ। ਉਦੋਂ ਕੁਝ ਨਾ ਕੁਝ ਨੱਕ ਨਮੋਝ ਰੱਖਣਾ ਚਾਹੁੰਦੇ ਸੀ, ਓਹਲਾ ਰੱਖਣਾ ਚਾਹੁੰਦੇ ਸੀ। ਇਸ ਵਾਰੀ ਭਾਜਪਾ ਸਾਰੇ ਓਹਲੇ ਛੱਡ ਕੇ ਖੁੱਲ੍ਹੇ ਤੌਰ 'ਤੇ ਜਿਹੜਾ ਤੱਤਾ ਹਿੰਦੂਵਾਦ ਹੈ, ਕੱਟੜਪਣਾ ਜਿਹੜਾ, ਉਹਨੂੰ ਪੇਸ਼ ਕਰਨਾ ਚਾਹੁੰਦੀ ਹੈ, ਤਾਂ ਉਹਨੂੰ ਬੀਬੀ ਨੂੰ ਲਿਆਂਦਾ। ਸ਼ਿਕਾਇਤ ਕਾਹਦੀ ਆ? ਪਹਿਲੀ ਸ਼ਿਕਾਇਤ ਤਾਂ ਇਹ ਹੈ ਕਿ ਬੰਬ ਧਮਾਕਿਆਂ ਦੇ ਕੇਸ ਵਿੱਚ ਇਹ ਬੀਬੀ ਫੜੀ ਗਈ। 2008 ਵਿੱਚ ਹੋਏ ਸੀ ਬੰਬ ਧਮਾਕੇ, 10 ਸਾਲ ਇਹ ਜੇਲ੍ਹ ਵਿੱਚ ਰਹੀ ਆ। ਇਹਦੇ ਉੱਤੇ ਬੰਬ ਧਮਾਕਿਆਂ ਦਾ ਕੇਸ ਹੈ, ਜਿਹੜੇ ਬੰਬ ਧਮਾਕਿਆਂ ਦੇ ਪੀੜਤ ਆ, ਉਹਨਾਂ ਪੀੜਤਾਂ 'ਚੋਂ ਇੱਕ ਦੇ ਬਾਪ ਨੇ ਕੇਸ ਕੀਤਾ ਕਿ ਇਸ ਬੀਬੀ ਨੇ ਅਦਾਲਤ ਤੋਂ ਇਹ ਕਹਿ ਕੇ ਜ਼ਮਾਨਤ ਆਪਣੀ ਕਰਵਾਈ ਆ ਕਿ ਮੈਂ ਬਹੁਤ ਸੀਰੀਅਸ ਬਿਮਾਰ ਹਾਂ ਜੀ। ਅਤੇ ਜਿਹੜੀ ਸੀਰੀਅਸ ਬਿਮਾਰ ਆ, ਉਹ ਜਿਸ ਤਰ੍ਹਾਂ ਜਾ ਕੇ ਚੋਣ ਸਰਗਰਮੀ ਕਰਦੀ ਪਈ, ਉਹ 'ਚ ਤਾਂ ਬਿਮਾਰੀ ਦਿਸਦੀ ਨਹੀਂ। ਹੁਣ ਇੱਥੇ ਜਾ ਕੇ ਕੁਛ ਗੱਲਾਂ ਹੋਰ ਯਾਦ ਰੱਖਣ ਵਾਲੀਆਂ। ਸਾਡੇ ਕੋਲ ਇੱਥੇ ਰਿਵਾਜ ਪੈ ਗਿਆ ਕਿ ਲੋਕ ਜ਼ਮਾਨਤਾਂ ਕਰਾਉਂਦੇ ਆ, ਝੂਠ ਬੋਲ ਕੇ ਕਰਾਉਂਦੇ ਆ। ਲਾਲੂ ਪ੍ਰਸਾਦ ਨੇ ਝੂਠ ਬੋਲ ਕੇ ਜ਼ਮਾਨਤ ਕਰਾਈ ਜੀ, ਅਤੇ ਵਿਧਾਨ ਸਭਾ ਦੀਆਂ ਚੋਣਾਂ 'ਚ ਦਖਲ ਦਿੱਤਾ। ਚੋਣਾਂ ਜਿੱਤ ਗਏ ਨਿਤੀਸ਼ ਕੁਮਾਰ, ਅਤੇ ਉਹ ਦੋਵੇਂ ਜਣੇ ਰਲ ਕੇ ਨਿਤੀਸ਼ ਕੁਮਾਰ ਮੁੱਖ ਮੰਤਰੀ ਬਣ ਗਿਆ, ਲਾਲੂ ਦਾ ਮੁੰਡਾ ਡਿਪਟੀ ਮੁੱਖ ਮੰਤਰੀ ਬਣ ਗਿਆ। ਲਾਲੂ ਫਿਰ ਜੇਲ੍ਹ 'ਚ ਚਲਾ ਗਿਆ ਜੀ। ਇਹਨਾਂ ਚੋਣਾਂ ਤੋਂ ਪਹਿਲਾਂ ਫਿਰ ਜ਼ਮਾਨਤ ਮੰਗਦਾ ਸੀ, ਅਤੇ ਸਰਕਾਰੀ ਵਕੀਲ ਨੇ ਆਖਿਆ ਜੀ ਜ਼ਮਾਨਤ ਕਰਵਾ ਕੇ ਬਹਾਨੇ ਨਾਲ ਬਾਹਰ ਆ ਕੇ ਚੋਣ ਪ੍ਰਚਾਰ ਕਰਨਾ ਚਾਹੁੰਦਾ, ਅਤੇ ਉਹਦੀ ਜ਼ਮਾਨਤ ਨਹੀਂ ਹੋਈ ਜੀ। ਓਮ ਪ੍ਰਕਾਸ਼ ਚੌਟਾਲਾ ਪਿਛਲੀਆਂ ਵਿਧਾਨ ਸਭਾ ਚੋਣਾਂ ਅਤੇ ਪਿਛਲੀਆਂ ਪਾਰਲੀਮੈਂਟ ਚੋਣਾਂ 'ਚ 5 ਸਾਲ ਪਹਿਲਾਂ ਬਿਮਾਰ ਕਹਿ ਕੇ ਜ਼ਮਾਨਤ ਕਰਾ ਕੇ ਬਾਹਰ ਆਇਆ, ਅਤੇ ਬਾਹਰ ਆ ਕੇ ਜਲਸਿਆਂ 'ਚ ਸਿਆਸੀ ਰੈਲੀਆਂ ਕਰਦਾ ਰਿਹਾ, ਚੋਣਾਂ ਲੜਦਾ ਰਿਹਾ, ਸ਼ਿਕਾਇਤ ਹੋ ਗਈ, ਚਲਾ ਗਿਆ। ਦਿੱਲੀ 'ਚ ਇੱਕ ਜੈਸਕਾ ਲਾਲ ਕੁੜੀ ਦਾ ਕਤਲ ਹੋਇਆ ਸੀ, ਬੜੇ ਸਾਲ ਹੋ ਗਏ, 20 ਤੋਂ ਵੱਧ ਜੀ। ਮੌਕੇ 'ਤੇ ਰਾਸ਼ਟਰਪਤੀ ਦਾ ਦੋਹਤਾ ਉਹਦੇ 'ਚ ਕਾਤਲ ਸੀ, ਸਜ਼ਾ ਹੋ ਗਈ। ਉਹ ਮੁੰਡਾ ਮੁੜ ਮੁੜ ਕੇ ਝੂਠ ਬੋਲ ਕੇ ਜ਼ਮਾਨਤ ਕਰਾਉਂਦਾ ਸੀ, ਇੱਕ ਵਾਰੀ ਉਹਨੇ ਜ਼ਮਾਨਤ ਇਹ ਕਹਿ ਕੇ ਕਰਾਈ ਕਿ ਮੇਰੀ ਮਾਂ ਸਖਤ ਬਿਮਾਰ ਹੈ ਅਤੇ ਮੈਨੂੰ ਜ਼ਮਾਨਤ ਮਿਲ ਦੇ ਜੀ। ਚੰਡੀਗੜ੍ਹ ਉਹ ਆ ਗਿਆ, ਰਾਤ ਨੂੰ ਉਹ ਕਲੱਬ 'ਚ ਨੱਚਦਾ ਫਿਰੇ ਮਾਂ ਕੋਲ ਨਹੀਂ, ਅਤੇ ਮਾਂ ਕ੍ਰਿਕਟ ਟੀਮ ਦੇ ਮੈਚਾਂ ਵਾਸਤੇ ਪ੍ਰੈਸ ਕਾਨਫਰੰਸ ਕਰਦੀ, ਫਿਰ ਸ਼ਿਕਾਇਤ ਹੋ ਗਈ ਕਿ ਮਾਂ ਵੀ ਠੀਕ, ਪੁੱਤ ਵੀ ਠੀਕ, ਅਤੇ ਜ਼ਮਾਨਤ ਝੂਠ ਬੋਲ ਕੇ ਲਈ ਹੈ ਜੀ, ਮੁੰਡੇ ਨੂੰ ਜੇਲ੍ਹ ਜਾਣਾ ਪੈ ਗਿਆ। ਸਾਧਵੀ ਪ੍ਰਗਿਆ ਸਿੰਘ ਦਾ ਕੇਸ ਉਹ ਬਣਦਾ ਕਿ ਝੂਠ ਬੋਲ ਕੇ ਜ਼ਮਾਨਤ ਕਰਾਈ ਗਈ ਕਿ ਮੈਂ ਬਿਮਾਰ ਹਾਂ। ਜੇ ਬਿਮਾਰ ਹੈ ਤਾਂ ਇਲਾਜ ਕਰਾਵੇ, ਆਉਂਦਿਆਂ ਸਾਰ ਉਹ ਚੋਣ ਲੜਨ ਲੱਗ ਪਏ। ਦੂਸਰੀ ਗੱਲ ਇਹ ਕਿ ਉਹਦਾ ਕੇਸ ਬਾਕੀ ਸਾਰਿਆਂ ਨਾਲੋਂ ਇਸ ਗੱਲੋਂ ਖਤਰਨਾਕ ਹੈ ਕਿ ਉਹਦੇ ਉੱਤੇ ਮਕੋਕਾ ਐਕਟ ਲੱਗਾ ਜੀ। ਮਕੋਕਾ ਕੀ ਹੁੰਦਾ? ਮਹਾਰਾਸ਼ਟਰ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਐਕਟ ਜੀ। ਜਦੋਂ ਪਿਛਲੀ ਬਾਦਲ ਸਰਕਾਰ ਸੀ, ਉਦੋਂ ਸੁਖਬੀਰ ਸਿੰਘ ਬਾਦਲ ਨੇ ਆਖਿਆ ਸੀ ਅਸੀਂ ਪੰਜਾਬ ਵਿੱਚ ਵੀ ਪਕੋਕਾ ਬਣਾਉਣਾ। ਸਾਰੀ ਤਿਆਰੀ ਕਰ ਲਈ ਸੀ ਕਿ ਪਕੋਕਾ ਬਣਾਉਣਾ, ਪੰਜਾਬ ਆਰਗੇਨਾਈਜ਼ ਕ੍ਰਾਈਮ ਕੰਟਰੋਲ ਐਕਟ ਇੱਥੇ ਵੀ ਬਣਾ ਦੇਣਾ। ਜਿਸ ਦਿਨ ਮੰਤਰੀ ਮੰਡਲ 'ਚ ਪੇਸ਼ ਕੀਤਾ ਗਿਆ, ਅੱਧੇ ਤੋਂ ਜ਼ਿਆਦਾ ਮੰਤਰੀਆਂ ਨੇ ਆਖਿਆ ਕਿ ਸੁਪਨੇ ਨਾ ਲਓ, ਇਸ ਵਾਰੀ ਆਪਾਂ ਜਿੱਤਣਾ ਨਹੀਂ, ਆਪਾਂ ਹਾਰ ਜਾਣਾ ਜੀ। ਅਤੇ ਜਿਹੜਾ ਤੁਸੀਂ ਪਕੋਕਾ ਬਣਾ ਕੇ ਦੇ ਚੱਲੇ ਆ, ਜੇ ਆਮ ਆਦਮੀ ਪਾਰਟੀ ਆ ਗਈ ਤਾਂ ਵੀ, ਜੇ ਕਾਂਗਰਸ ਆ ਗਈ ਤਾਂ ਵੀ, ਇਹ ਸਾਡੇ ਸਿਰ 'ਤੇ ਉਹਨਾਂ ਨੇ ਮਾਰਨਾ ਜੀ, ਅਤੇ ਤੁਸੀਂ ਨਾ ਕਰੋ, ਫਿਰ ਨਾ ਪਾਸ ਨਹੀਂ ਕੀਤਾ। ਮਹਾਰਾਸ਼ਟਰ ਦਾ ਉਹ ਮਕੋਕਾ ਬਹੁਤ ਮਸ਼ਹੂਰ ਆ, ਮਕੋਕਾ ਜਿਹੜਾ ਆਰਗੇਨਾਈਜ਼ ਕ੍ਰਾਈਮ ਕੰਟਰੋਲ ਐਕਟ ਉੱਤੇ ਲੱਗਾ ਸੀ, ਉਹਦੇ 'ਚ ਜ਼ਮਾਨਤ ਕਰਾਉਣਾ ਵੀ ਔਖਾ ਸੀ, ਬਿਮਾਰੀ ਦਾ ਬਹਾਨਾ ਬਣਾ ਕੇ ਜ਼ਮਾਨਤ ਕਰਾਈ ਗਈ, ਇੱਕ ਤਾਂ ਇਹ ਆ। ਦੂਜਾ, ਬੀਜੇਪੀ ਨੂੰ ਉਹਨੇ ਕਿਉਂ ਫਸਾਉਣਾ? ਬੀਜੇਪੀ 2008 ਦੇ ਦਹਿਸ਼ਤਗਰਦ ਹਮਲੇ ਜਿਹੜਾ ਮੁੰਬਈ 'ਚ ਹੋਇਆ ਜੀ, ਉਹਦੇ ਸ਼ਹੀਦ ਦੇ ਤੌਰ 'ਤੇ IG ਹੇਮੰਤ ਕਰਕਰੇ ਨੂੰ ਬਹੁਤ ਵੱਡੀ ਇੰਪੋਰਟੈਂਸ ਦਿੰਦੀ ਹੈ। ਦੇਸ਼ ਦਾ ਸਭ ਤੋਂ ਵੱਡਾ ਪੀਸ ਟਾਈਮ ਦਾ ਬਹਾਦਰੀ ਅਵਾਰਡ ਅਸ਼ੋਕ ਚੱਕਰ ਉਹਨੂੰ ਮਿਲਿਆ ਜੀ।
ਅਤੇ ਕੁੜੀ ਪ੍ਰੈਸ ਕਾਨਫਰੰਸਾਂ ਕਰੀ ਜਾਂਦੀ ਹੈ ਕਿ ਬੰਦਾ ਬਹੁਤ ਮਾੜਾ ਸੀ, ਮੈਨੂੰ ਉਹ ਮੇਰਾ ਮੁਕਾਬਲਾ ਕਰਨਾ ਚਾਹੁੰਦਾ ਸੀ, ਮੈਨੂੰ ਐਂ ਕਰਨਾ ਚਾਹੁੰਦਾ ਸੀ, ਮੈਨੂੰ ਝੂਠੇ ਕਿੱਸਾ ਸੁਣਾਉਣਾ ਚਾਹੁੰਦਾ ਸੀ। ਜਿਹਨੂੰ ਬੀਜੇਪੀ ਦੇਸ਼ ਦਾ ਮਾਣਮੱਤਾ ਸ਼ਹੀਦ ਕਹਿੰਦੀ ਰਹੀ ਹੈ, ਜਿਹਨੂੰ ਦੇਸ਼ ਦੇ ਰਾਸ਼ਟਰਪਤੀ ਨੇ ਅਸ਼ੋਕ ਚੱਕਰ ਦਿੱਤਾ ਹੋਵੇ 26 ਜਨਵਰੀ ਦੀ ਪਰੇਡ ਦੇ ਮੌਕੇ ਸਾਰੇ ਦੇਸ਼ ਦੇ ਸਾਹਮਣੇ, ਸਾਰੀ ਦੁਨੀਆ ਦੇ ਸਾਹਮਣੇ ਜੀ, ਇਹ ਕੁੜੀ ਉਹਦੇ ਖਿਲਾਫ਼ ਵੀ ਬੋਲੀ ਜਾ ਰਹੀ ਹੈ। ਤਾਂ ਮੈਂ ਕਹਿੰਦਾ ਕਿ ਇਸ ਬੀਬੀ ਨੂੰ ਉਮੀਦਵਾਰ ਬਣਾ ਕੇ ਭਾਰਤੀ ਜਨਤਾ ਪਾਰਟੀ ਇੱਕ ਤਰ੍ਹਾਂ ਇਹੋ ਜਿਹੇ ਮੁਸੀਬਤ ਵਿੱਚ ਫਸ ਗਈ ਹੈ ਕਿ ਜੇ ਇਹਦਾ ਕੈਂਡੀਡੇਚਰ ਵਾਪਸ ਲੈਂਦੀ ਹੈ, ਇਹਨੂੰ ਉਸ ਸੀਟ ਤੋਂ ਪਿੱਛੇ ਖਿੱਚਦੀ ਹੈ ਜੀ, ਤਾਂ ਵੀ ਭੇਜਦੀ ਹੈ, ਅਤੇ ਜੇ ਉੱਥੇ ਰੱਖੇ ਤਾਂ ਕੁੜੀ ਨੇ ਆਪਣੀ ਮਰਜ਼ੀ ਨਾਲ ਬੋਲਣਾ, ਬੀਜੇਪੀ ਦੇ ਬੁਲਾਇਆ ਨਹੀਂ ਬੋਲਣਾ। ਉਹ ਇਹੋ ਜਿਹੀ ਅਗਲਾ ਲਗਾਤਾਰ ਕਰੇਗੀ ਕਿ ਪਾਰਟੀ ਨੂੰ ਵੀ ਫਸਾਵੇਗੀ, ਅਤੇ ਤੀਸਰਾ ਕੇਸਾਂ ਦਾ ਮਾਮਲਾ ਵੀ ਉਲਝਦਾ ਗਿਆ ਅਤੇ ਹੋਰ ਉਲਝ ਜਾਣਾ ਜੀ। ਪੰਨੂ ਸਾਹਿਬ, ਲੋਕ ਸਭਾ ਚੋਣਾਂ ਨੂੰ ਦੇਖ ਕੇ ਸੁਣਨ ਦੇ ਵਿੱਚ ਇਹ ਆਇਆ ਕਿ ਸਰਕਾਰੀ ਗੱਡੀਆਂ ਅਤੇ ਐਂਬੂਲੈਂਸ ਦੀ ਵੀ ਜਾਂਚ ਕੀਤੀ ਜਾਏਗੀ, ਚੈਕਿੰਗ ਕੀਤੀ ਜਾਏਗੀ, ਇਸ ਬਾਰੇ ਤੁਸੀਂ ਕੀ ਕਹੋਗੇ? ਇਹ ਗੱਲ ਹੋਣੀ ਸੀ, ਤੁਹਾਨੂੰ ਪਤਾ 3 ਦਿਨ ਪਹਿਲਾਂ ਦੀਆਂ ਗੱਲਾਂ ਨੇ। ਪ੍ਰਧਾਨ ਮੰਤਰੀ ਸਾਹਿਬ ਕਿਸੇ ਥਾਂ ਗਏ ਜੀ, ਇਹਨਾਂ ਦੇ ਹੈਲੀਕਾਪਟਰ 'ਚੋਂ ਕਾਲੇ ਬਕਸੇ ਉਤਰੇ। ਇੱਕ ਜਿਹੜਾ ਚੋਣ ਅਬਜ਼ਰਵਰ ਸੀ ਉਹਨੇ ਆਖਿਆ ਜੀ ਤਲਾਸ਼ੀ ਲੈਣੀ। ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਜਿਹੜਾ VVVIPs ਦੀ ਪ੍ਰੋਟੈਕਸ਼ਨ ਦੇ ਉੱਤੇ ਆ, ਉਹਨੇ ਆਖਿਆ ਤੁਸੀਂ ਤਲਾਸ਼ੀ ਨਹੀਂ ਲੈ ਸਕਦੇ ਜੀ। ਪ੍ਰਧਾਨ ਮੰਤਰੀ ਨੂੰ 15 ਮਿੰਟ ਰੁਕਣਾ ਪਿਆ। ਉਸ ਅਫਸਰ ਨੂੰ ਸਸਪੈਂਡ ਕਰ ਦਿੱਤਾ ਗਿਆ ਕਿ ਤੂੰ SPG ਦੇ ਨਿਯਮਾਂ ਦੀ ਉਲੰਘਣਾ ਕੀਤੀ। ਹੁਣ ਭਾਰਤ ਦਾ ਚੋਣ ਕਮਿਸ਼ਨ ਜਿਹੜਾ, ਇਹਦੇ ਜਿਹੜੇ ਦੋ ਇਹਦੇ ਤੋਂ ਪਹਿਲਾਂ ਦੇ ਚੀਫ ਇਲੈਕਸ਼ਨ ਕਮਿਸ਼ਨਰ ਰਹਿ ਚੁੱਕੇ ਆ, ਉਹਨਾਂ ਦੋਵਾਂ ਨੇ ਆਖਿਆ ਜੀ ਉਲੰਘਣਾ ਨਹੀਂ ਹੋਈ ਜੀ। SPG ਦੇ ਰੂਲ ਵਿੱਚ ਇਹ ਹੈ ਹੀ ਨਹੀਂ ਗਾ ਕਿ ਤੁਸੀਂ ਤਲਾਸ਼ੀ ਨਹੀਂ ਲੈ ਸਕਦੇ, ਔਰ ਬਾਕੀ ਲੋਕਾਂ ਦੀ ਵਾਰੀ ਤਲਾਸ਼ੀ ਲਈ ਜਾਂਦੀ ਰਹੀ ਹੈ, ਨਰਿੰਦਰ ਮੋਦੀ ਦੀ ਵਾਰੀ ਨਹੀਂ ਜੀ। ਇੱਕ ਸਾਬਕਾ ਮੁੱਖ ਚੋਣ ਕਮਿਸ਼ਨਰ ਨੇ ਤਾਂ ਇਹ ਵੀ ਕਹਿਤਾ ਕਿ ਜਿੰਨਾ ਅਕਸ ਖਰਾਬ ਹੋਇਆ ਸੀ ਇਸ ਤਲਾਸ਼ੀ ਨਾਲ, ਸਗੋਂ ਤੁਹਾਡਾ ਅਕਸ ਸੁਧਰ ਜਾਣਾ ਸੀ, ਤੁਸੀਂ ਤਲਾਸ਼ੀ ਨਹੀਂ ਲੈਣ ਦਿੱਤੀ। ਇਹਦੇ ਨਾਲ ਲੋਕਾਂ ਦੇ ਮਨ 'ਚ ਇਹ ਵੀ ਗਿਆ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਪਤਾ ਨਹੀਂ ਆਪਣੇ ਹੈਲੀਕਾਪਟਰ 'ਚ ਕੀ ਲੈ ਕੇ ਜਾ ਰਿਹਾ ਜੀ, ਅਤੇ ਤੁਹਾਡੇ ਉੱਤੇ ਵੀ ਕਿ ਤੁਸੀਂ ਪੱਖਪਾਤ ਕਰਦੇ, ਤੁਸੀਂ ਜਲੂਸ ਕੱਢਤਾ। ਹੁਣ ਉਸ ਗੱਲ ਨਾਲ ਇੰਨੇ ਫਸ ਗਏ ਕਿ ਨਵੀਆਂ ਹਦਾਇਤਾਂ ਜਾਰੀ ਹੋ ਰਹੀਆਂ, ਐਂਬੂਲੈਂਸ ਜਾਵੇ ਉਹਦੀ ਵੀ ਤਲਾਸ਼ੀ ਲਿਓ। ਮੈਂ ਆਪ ਇਸ ਗੱਲ ਨਾਲ ਸਹਿਮਤ ਹਾਂ ਕਿ ਐਂਬੂਲੈਂਸਾਂ ਦੀ ਤਲਾਸ਼ੀ ਲੈਣੀ ਚਾਹੀਦੀ ਹੈ। ਸਾਡੇ ਕੋਲ ਪਿਛਲੇ ਮਹੀਨੇ 'ਚ 2 ਕੇਸ ਇਹੋ ਜਿਹੇ ਹੋ ਗਏ ਨੇ ਜੀ, ਜਿੱਥੇ ਚੋਣਾਂ ਵਾਸਤੇ ਸ਼ਰਾਬ ਦੂਜੇ ਸੂਬਿਆਂ ਤੋਂ ਲਿਆਂਦੀ ਗਈ, ਐਂਬੂਲੈਂਸਾਂ 'ਚ ਰੱਖ ਕੇ ਲਿਆਂਦੀ ਗਈ। ਨੋਟਾਂ ਦੀਆਂ ਗੱਠੀਆਂ ਇੱਕ ਦੱਖਣੀ ਰਾਜ ਦੇ ਵਿੱਚ ਫੜੀਆਂ ਗਈਆਂ, 3-4 ਕਰੋੜ ਰੁਪਈਏ ਸੀ, ਐਂਬੂਲੈਂਸ 'ਚ ਰੱਖ ਕੇ ਲੈ ਕੇ ਜਾ ਰਹੇ ਸੀ। ਜੇ ਐਂਬੂਲੈਂਸਾਂ ਦੀ ਦੁਰਵਰਤੋਂ ਕਰਨੀ ਹੈ ਤਾਂ ਫਿਰ ਕਿਸੇ ਐਂਬੂਲੈਂਸ ਵਿੱਚ ਭਾਵੇਂ ਸੀਰੀਅਸ ਮਰੀਜ਼ ਵੀ ਹੋਵੇ, ਚੋਣ ਅਮਲੇ ਫੈਲੇ ਵਾਲੇ ਰਸਤੇ 'ਚ ਨਾਕੇ 'ਤੇ ਰੋਕ ਕੇ ਆਖਣਗੇ ਜੀ ਅਸੀਂ ਤਲਾਸ਼ੀ ਲੈਣੀ ਆ, ਮਰੀਜ਼ ਦਾ ਕੀ ਬਣਦਾ, ਕੌਣ ਪੁੱਛ ਜੀ? ਇਹਦੇ ਨਾਲ ਨੁਕਸਾਨ ਹੋ ਸਕਦਾ, ਕੱਲ੍ਹ ਨੂੰ ਕਿਸੇ ਮਰੀਜ਼ ਦੀ ਮੌਤ ਹੋ ਸਕਦੀ ਹੈ, ਪਰ ਜੇ ਮੌਤ ਹੋਵੇ ਤਾਂ ਇਹਦਾ ਜ਼ਿੰਮੇਵਾਰ ਚੋਣ ਕਮਿਸ਼ਨ ਨਹੀਂ, ਉਹ ਹੋਣਗੇ ਜਿਨ੍ਹਾਂ ਨੇ ਐਂਬੂਲੈਂਸਾਂ ਦੀ ਦੁਰਵਰਤੋਂ ਕੀਤੀ। ਜੇ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੀ ਤਲਾਸ਼ੀ ਨਹੀਂ ਲੈਣ ਦੇਣੀ, ਮੁੱਖ ਮੰਤਰੀ ਦੀ ਲੈ ਲਓ, ਜੇ ਐਂਬੂਲੈਂਸਾਂ ਦੀ ਇਸ ਤਰ੍ਹਾਂ ਦੀ ਦੁਰਵਰਤੋਂ ਹੁੰਦੀ ਹੈ ਅਤੇ ਉਹ ਦੁਰਵਰਤੋਂ ਤੋਂ ਬਾਅਦ ਇਹ ਆਖਣਾ ਕਿ ਐਂਬੂਲੈਂਸਾਂ ਦੀ ਦੁਰਵਰਤੋਂ ਨਾ ਕਰੋ ਜੀ। ਮੈਂ ਕਹਿੰਦਾ ਜੀ ਅਜੇ ਤਾਂ ਇੱਥੋਂ ਤੱਕ ਹੈ, ਆ ਚੋਣ ਚੱਲ ਲੈਣ ਦਿਓ, ਤੁਸੀਂ ਵੇਖਿਓ ਚੋਣ ਕਮਿਸ਼ਨ ਇਹ ਵੀ ਫੈਸਲਾ ਕਰੇਗਾ ਕਿ ਕਿਸੇ ਦੇ ਘਰ 'ਚ ਮੌਤ ਹੋਈ ਆ, ਅਰਥੀ ਲੈ ਕੇ ਜਾਂਦੇ ਪਏ ਤਾਂ ਉਹਨੂੰ ਵੀ ਰੋਕ ਕੇ ਤਲਾਸ਼ੀ ਲੈ ਲਓ, ਮੁਰਦਾ ਹੀ ਆ ਵਿੱਚ ਪਿਆ ਕਿ ਅਟੈਚੀ ਦੋ ਰੱਖ ਕੇ ਉਸਲੇ ਪਾਸੇ ਖੱਪਣ ਪਾਇਆ ਪਿਆ। ਸਾਡੇ ਕੋਲ ਤਾਂ ਇੱਥੇ ਵੀ ਹੋ ਸਕਦਾ, ਕਿਉਂਕਿ ਆਦਤਾਂ ਪਈਆਂ ਨੇ ਲੋਕਾਂ ਨੂੰ ਕਿ ਹਰ ਗੱਲ ਦੀ ਦੁਰਵਰਤੋਂ ਕਰੋ ਜੀ। ਜੇ ਇਹ ਦੁਰਵਰਤੋਂ ਕਰਨ ਤੱਕ ਵੀ ਚਲੇ ਗਏ, ਕੱਲ੍ਹ ਨੂੰ ਕਿਸੇ ਅਰਥੀ ਵਾਲੀ ਗੱਡੀ 'ਚ ਜਾਂ ਅਰਥੀ ਵਾਲੇ ਫੱਟੇ ਦੇ ਉੱਤੇ ਅਰਥੀ ਦੇ ਨਾਲ ਸਮਾਨ ਰੱਖ ਕੇ ਬਹਾਨੇ ਨਾਲ ਅਰਥੀ ਹੋਵੇ ਹੀ ਨਾ ਅਤੇ ਇਸ ਤਰ੍ਹਾਂ ਕਰਕੇ ਤੁਰ ਗਏ ਅਤੇ ਫਿਰ ਕੀ ਕਰਨਗੇ? ਸਾਡੇ ਕੋਲ ਇਹ ਵੀ ਹੈਗਾ ਕਿ 1-2 ਮੌਕਿਆਂ ਦੇ ਉੱਤੇ ਕੁੜੀਆਂ ਫੜੀਆਂ ਗਈਆਂ, ਲਾਲ ਚੂੜਾ ਪਾਇਆ ਜੀ, ਨਾਲ ਮੁੰਡਾ ਹੈ ਜਿਹਦੇ ਹੱਥ 'ਚ ਕਿਰਪਾਨ ਹੈ, ਇਹ ਤਾਜ਼ਾ ਵਿਆਹ ਮੁੰਡਾ ਕੁੜੀ ਨੇ, ਕਾਰ ਦੇ ਉੱਤੇ ਸਟਿੱਕਰ ਲੱਗਿਆ ਫਲਾਨਾ ਬੈਡਸ ਫਲਾਨੀ, ਅਤੇ ਜਦੋਂ ਪੁਲਿਸ ਨੇ ਰੋਕਿਆ ਅਤੇ ਚੈਕਿੰਗ ਕੀਤੀ ਤਾਂ ਬਾਅਦ 'ਚ ਪਤਾ ਲੱਗਾ ਕਿ ਨਾ ਕੋਈ ਫਲਾਨਾ ਬੈਡਸ ਫਲਾਨੀ ਸੀ, ਉਹ ਸਾਰਾ ਹੀ ਡਰਾਮਾ ਸੀ, ਵਿੱਚ ਉਹਦੇ ਸਮਾਨ ਕੁਛ ਹੋਰ ਪਿਆ ਸੀ, ਪੁਲਿਸ ਨੂੰ ਧੋਖਾ ਦੇਣ ਵਾਸਤੇ ਇੱਦਾਂ ਦੇ ਕੱਪੜੇ ਪਾ ਕੇ ਆਏ ਸੀ। ਜੇ ਇੱਦਾਂ ਦੇ ਕੰਮ ਕਰਨੇ ਆ, ਜਿਹੜੇ ਲੋਕ ਬਦਮਾਸ਼ੀ ਕਰਦੇ ਆ ਉਹਨਾਂ ਬਦਮਾਸ਼ੀ ਕਰਨ ਵਾਲਿਆਂ ਨੇ ਬਾਕੀ ਲੋਕਾਂ ਨੂੰ ਵੀ ਖਰਾਬ ਕਰਨਾ। ਇਹਦਾ ਨਤੀਜਾ ਇਹ ਹੋਵੇਗਾ ਕਿ ਕਿਸੇ ਦੀ ਬਰਾਤ ਜਾਂਦੀ ਆ, ਉਸ ਬਰਾਤ ਨੂੰ ਵੀ ਰੋਕ ਕੇ ਸਾਰੀ ਨੂੰ ਚੈੱਕ ਕੀਤਾ ਜਾਵੇਗਾ, ਡੋਲੀ ਜਾਂਦੀ ਹੋਵੇ ਚੈੱਕ ਕੀਤੀ ਜਾਂਦੀ ਜਾਵੇ, ਅਰਥੀ ਜਾਂਦੀ ਹੋਵੇ ਚੈੱਕ ਕੀਤੀ ਜਾਵੇਗੀ, ਐਂਬੂਲੈਂਸਾਂ ਵੀ ਫਿਰ ਚੈੱਕ ਕੀਤੀਆਂ ਜਾਣਗੀਆਂ। ਇਹ ਤਾਂ ਜਿਹੜੇ ਪਾਸੇ ਨੂੰ ਚੋਣ ਸਾਡੀ ਜਾ ਰਹੀ ਹੈ, ਜਿੱਦਾਂ ਕਰੋੜਾਂ ਦੇ ਹਿਸਾਬ ਨਾਲ ਪੈਸਾ ਇੱਧਰੋਂ ਇੱਧਰ ਕੀਤਾ ਜਾ ਰਿਹਾ, ਜਿਵੇਂ ਟਰੱਕਾਂ ਦੇ ਟਰੱਕ ਜਿਹੜੇ ਸ਼ਰਾਬ ਦੇ ਫੜੇ ਜਾ ਰਹੇ ਨੇ, ਇਹ ਟਰੱਕ ਅਕਾਲੀਆਂ ਦੇ ਵੀ ਫੜੇ ਗਏ, ਕਾਂਗਰਸੀਆਂ ਦੇ ਵੀ ਫੜੇ ਗਏ, ਇੱਕ ਭਾਜਪਾ ਵਾਲੇ ਦੇ ਵੀ ਫੜੇ ਗਏ ਨੇ ਜੀ। ਇਹਦਾ ਮਤਲਬ ਕਿ ਉਹਨਾਂ ਨੇ ਜਿਹੜੀ ਸਾਰੀ ਤਿਆਰੀ ਕੀਤੀ ਪਈ ਹੈ। ਇਹ ਅੱਗੇ ਤਾਂ ਸਾਡੇ ਪੰਜਾਬੀ 'ਚ ਕਹਿੰਦੇ ਨੇ ਸੁਣ ਲਾ ਨਿਹਾਲੀਏ ਚੋਰਾਂ ਦੀਆਂ ਗੱਲਾਂ, ਹੁਣ ਇਹ ਆ ਕਿ ਚੋਰਾਂ ਦੀਆਂ ਗੱਲਾਂ ਇਕੱਲੀਆਂ ਨਹੀਂ,
ਚੋਣ ਕਮਿਸ਼ਨ ਨੂੰ ਵੀ ਉਹ ਤੋਂ ਦੋ ਕਦਮ ਅੱਗੇ ਹੋ ਕੇ ਤੁਰਨਾ ਪਏਗਾ, ਨਹੀਂ ਤਾਂ ਚੋਰ ਚੋਣਾਂ ਨੂੰ ਖਰਾਬ ਕਰਨਗੇ ਜੀ। ਪੰਨੂ ਸਾਹਿਬ, ਹੋਰ ਵੀ ਅਸੀਂ ਮੁੱਦਿਆਂ 'ਤੇ ਚਰਚਾ ਕਰਾਂਗੇ, ਪਰ ਉਸ ਤੋਂ ਪਹਿਲਾਂ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਵੇਲਾ ਹੋ ਚੱਲਿਆ ਛੋਟੇ ਜਿਹੇ ਬ੍ਰੇਕ ਦਾ, ਜਲਦ ਵਾਪਸ ਆਵਾਂਗੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਪੰਨੂ ਸਾਹਿਬ, 26 ਸਾਲ ਬਾਅਦ ਮਾਇਆਵਤੀ ਅਤੇ ਮੁਲਾਇਮ ਸਿੰਘ ਯਾਦਵ ਇੱਕ ਮੰਚ 'ਤੇ ਇਕੱਠੇ ਦਿਖਾਈ ਦਿੱਤੇ ਨੇ, ਤੁਸੀਂ ਇਸ ਬਾਰੇ ਕੀ ਕਹੋਗੇ? ਸ਼ੁਕਰ ਹੈ, ਭੈਣ ਭਰਾ ਫਿਰ ਇਕੱਠੇ ਹੋਏ। ਕਿੰਨੇ ਸਾਲਾਂ ਬਾਅਦ? 26 ਸਾਲਾਂ ਬਾਅਦ ਜੀ। ਇਹ ਤੋਂ ਪੁਰਾਣਾ ਅਸੀਂ ਇਤਿਹਾਸ ਇਹਨਾਂ ਦਾ ਯਾਦ ਕਰੀਏ। ਬਹੁਜਨ ਸਮਾਜ ਪਾਰਟੀ ਬੀਬੀ ਮਾਇਆਵਤੀ ਨੇ ਨਹੀਂ ਸੀ ਬਣਾਈ, ਬਾਬੂ ਕਾਂਸ਼ੀ ਰਾਮ ਨੇ ਬਣਾਈ ਸੀ, ਅਤੇ ਉਹਦਾ ਪਹਿਲਾ ਨਾਂ DS4 ਰੱਖਿਆ ਗਿਆ ਸੀ ਜੀ, ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ, ਯਾਨੀ D, ਫਿਰ 4 ਵਾਰੀ SS, ਉੱਥੋਂ ਤੁਰੇ ਸੀ। ਉਸ ਤੋਂ ਬਾਅਦ ਉਹਨੇ ਬਹੁਜਨ ਸਮਾਜ ਪਾਰਟੀ ਬਣਾਈ। ਉਸ ਬਹੁਜਨ ਸਮਾਜ ਪਾਰਟੀ ਨੂੰ ਬਣਾਉਂਦਿਆਂ ਉਹਨੇ ਇੱਥੋਂ ਤੱਕ ਵੀ ਕਹਿ ਦਿੱਤਾ ਸੀ, ਅਸੀਂ ਉਨ੍ਹਾਂ ਚਿਰ ਤੱਕ ਇਸ ਸਰਕਾਰ ਵਿੱਚ ਸ਼ਾਮਲ ਨਹੀਂ ਹੋਣਾ ਜਦ ਤੱਕ ਅਸੀਂ ਕਿਸੇ ਸਰਕਾਰ ਦੀ ਅਗਵਾਈ ਕਰਨ ਜੋਗੇ ਨਹੀਂ ਹੋਏ ਜੀ। ਬਾਬੂ ਕਾਂਸ਼ੀ ਰਾਮ ਦੀ ਬੋਲੀ ਬਹੁਤ ਖਰਵੀ ਹੁੰਦੀ ਸੀ, ਪਰ ਬੋਲਦਾ ਸੀ ਸਿੱਧੀਆਂ ਖਰੀਆਂ ਗੱਲਾਂ। ਲੁਧਿਆਣੇ 'ਚ ਉਹਨੇ 1996 ਜਿਹੜੀ ਰੈਲੀ ਕੀਤੀ ਮੈਂ ਆਪ ਸੁਣੀ, ਉਹਦੇ ਤੋਂ ਪਹਿਲਾਂ ਜਿੰਨੇ ਬੁਲਾਰੇ ਸੀ ਸਾਰੇ ਕਰੀ ਜਾਣ, ਦਰਿਆ ਚਾਹੀਦੇ ਆ, ਪਾਣੀ ਚਾਹੀਦਾ, ਅਸੀਂ ਹਰਿਆਣੇ ਨੂੰ ਪਾਣੀ ਨਹੀਂ ਦੇਣਾ, ਅਸੀਂ ਰਾਜਸਥਾਨ ਨੂੰ ਪਾਣੀ ਦੇਣਾ। ਉਹ ਜਦੋਂ ਆਉਂਦਾ ਸੀ ਤਾਂ ਸਟੇਜ ਸਕੱਤਰ ਨੂੰ ਨਹੀਂ ਡਿੱਗਦਾ ਕਿ ਮੇਰਾ ਨਾਂ ਅਨਾਊਂਸ ਕਰੇ, ਜਾਂਦਾ ਜਾ ਕੇ ਆਪੇ ਮਾਈਕ ਫੜ ਲਿਆ, ਜਾ ਕੇ ਮਾਈਕ ਫੜ ਕੇ ਕਹਿੰਦਾ, ਅਸਾਂ ਬੇਵਕੂਫ ਪਤਾ ਨਹੀਂ ਕੀ ਬੋਲਦੇ ਸੀ, ਕਹਿੰਦੇ ਹਰਿਆਣੇ ਨੂੰ ਪਾਣੀ ਨਹੀਂ ਦੇਣਾ, ਤੁਸੀਂ ਦਲਿਤ ਆ, ਤੁਸੀਂ ਪਾਣੀ ਕਰਨਾ ਕੀ ਹੈ, ਤੁਹਾਡੇ ਕੋਲ ਜ਼ਮੀਨਾਂ ਆ ਗਈਆਂ, ਤੁਹਾਨੂੰ ਤਾਂ ਇੱਕ ਚੁਲੀ ਪਾਣੀ ਚਾਹੀਦਾ, ਡੱਬ ਮਰ ਜਾਓ, ਤੁਸੀਂ ਦੂਜਿਆਂ ਵਾਸਤੇ ਪਾਣੀ ਮੰਗਦੇ ਪਏ ਆ, ਸਾਨੂੰ ਪਾਣੀ ਨਹੀਂ ਚਾਹੀਦਾ, ਸਾਨੂੰ ਇੱਜ਼ਤ ਚਾਹੀਦੀ, ਸਾਨੂੰ ਰਾਜ ਚਾਹੀਦਾ। ਥੱਲਿਓਂ ਕਾਂਸ਼ੀ ਰਾਮ ਜਿੰਦਾਬਾਦ ਦੇ ਨਾਅਰੇ ਲੱਗ ਗਏ, ਯਾਨੀ ਉਹਦਾ ਬੋਲਣ ਦਾ ਢੰਗ ਇੱਕ ਵੱਖਰਾ ਸੀ। ਉਹਨੇ ਜਦੋਂ ਇਹ ਸਥਿਤੀਆਂ ਵੇਖ ਕੇ ਅਤੇ ਇੱਕ ਪੜਾਅ ਦੇ ਉੱਤੇ ਸਮਝੌਤਾ ਕੀਤਾ ਮੁਲਾਇਮ ਸਿੰਘ ਯਾਦਵ ਦੇ ਨਾਲ, ਸਾਂਝੀ ਸਰਕਾਰ ਬਣ ਗਈ। ਉਦੋਂ ਮੁਲਾਇਮ ਸਿੰਘ ਅਤੇ ਬੀਬੀ ਮਾਇਆਵਤੀ ਭੈਣ ਭਰਾ ਬਣੇ ਸਨ ਜੀ। ਥੋੜ੍ਹੇ ਚਿਰ ਬਾਅਦ ਸੰਬੰਧਾਂ 'ਚ ਵਿਗਾੜ ਹੋਣਾ ਸ਼ੁਰੂ ਹੋ ਗਿਆ। ਬੀਬੀ ਨੇ ਦੂਸਰੀਆਂ ਪਾਰਟੀਆਂ ਨਾਲ ਗੰਢ ਧੁੱਪ ਕਰਕੇ ਮੁਲਾਇਮ ਸਿੰਘ ਦੀ ਸਰਕਾਰ ਪਲਟੀ ਜੀ, ਅਤੇ ਪਲਟ ਕੇ ਇਹ ਮੁੱਖ ਮੰਤਰੀ ਬਣ ਗਏ। ਕਸ਼ਮਕਸ਼ ਚੱਲਦੀ ਪਈ ਸੀ, ਬਾਬੂ ਕਾਂਸ਼ੀ ਰਾਮ ਹਸਪਤਾਲ ਸੀ, ਕੁਛ ਲੋਕ ਕਹਿੰਦੇ ਸੀ ਕਿ ਕਾਂਸ਼ੀ ਰਾਮ ਦੇ ਹਸਪਤਾਲ 'ਚ ਹੋਣ ਦਾ ਫਾਇਦਾ ਲਿਖ ਕੇ ਬੀਬੀ ਮੁੱਖ ਮੰਤਰੀ ਬਣ ਗਈ, ਨਹੀਂ ਤਾਂ ਕਾਂਸ਼ੀ ਰਾਮ ਨੇ ਮੁੱਖ ਮੰਤਰੀ ਬਣਨਾ ਸੀ ਜੀ। ਕਾਂਸ਼ੀ ਰਾਮ ਤਾਂ ਬਣ ਨਾ ਸਕਿਆ, ਕਾਰਨ ਕੀ? ਬੀਬੀ ਨੂੰ ਪਤਾ ਹੋਊ, ਕਾਂਸ਼ੀ ਰਾਮ ਨੂੰ ਪਤਾ ਹੋਊ? ਬੀਬੀ ਇੱਕ ਵਾਰੀ ਮੁੱਖ ਮੰਤਰੀ ਬਣ ਗਈ, ਮੁਲਾਇਮ ਸਿੰਘ ਦੇ ਅਤੇ ਉਹਦੇ ਸੰਬੰਧ ਪਹਿਲੀ ਵਾਰ ਉੱਥੋਂ ਵਿਗੜੇ, ਫਿਰ BJP ਨੇ ਮਦਦ ਕੀਤੀ ਸੀ। BJP ਦਾ ਉਦੋਂ ਉੱਤਰ ਪ੍ਰਦੇਸ਼ ਦਾ ਸਾਰੀ ਸਟੇਟ ਦਾ ਪ੍ਰਧਾਨ ਹੁੰਦਾ ਸੀ ਲਾਲਜੀ ਟੰਡਨ ਜੀ, ਅਤੇ ਬੀਬੀ ਨੇ ਜਾ ਕੇ ਉਹਦੇ ਘਰ ਨੂੰ ਰੱਖੜੀ ਬੰਨ੍ਹ ਕੇ ਆਖਿਆ ਸੀ, ਲਾਲਜੀ ਟੰਡਨ ਅੱਜ ਤੋਂ ਮੇਰਾ ਵੀਰ ਹੈ, ਅਸੀਂ ਭੈਣ ਭਰਾ ਹੈ। 6 ਮਹੀਨੇ ਨਹੀਂ ਸੀ ਲੰਘੇ ਜੀ, ਸੰਬੰਧ ਟੁੱਟ ਗਏ ਭੈਣ ਭਰਾ ਦੇ, ਅਤੇ ਇਹਨੇ ਮੁੜ ਕੇ ਫਿਰ ਪ੍ਰੈਸ ਵਿੱਚ ਆਖਿਆ, ਕਹਿੰਦੀ ਮੈਂ ਤਾਂ ਵੀਰ ਬਣਾਇਆ ਸੀ ਲਾਲਜੀ ਟੰਡਨ ਸਮਝ ਕੇ, ਇਹ ਤਾਂ ਲਾਲਚੀ ਟੰਡਨ ਨਿਕਲਿਆ ਜੀ, ਲਾਲਜੀ ਟੰਡਨ ਨੂੰ ਲਾਲਚੀ ਟੰਡਨ ਆਖਿਆ ਸੀ, ਫਿਰ ਉਹਦੇ ਨਾਲ ਸੰਬੰਧ ਵਿਗੜ ਗਏ। ਉਦੋਂ ਬਾਅਦ ਨਾ BJP ਨਾਲ, ਨਾ ਮੁਲਾਇਮ ਸਿੰਘ ਦੀ ਪਾਰਟੀ ਨਾਲ, ਅੱਧ ਵਿਚਾਲੇ ਰਹਿ ਕੇ ਦੋਵੇਂ ਪਾਸੇ ਲੜਦਿਆਂ ਲੜਦਿਆਂ ਇੱਥੋਂ ਤੱਕ ਆਈ ਸੀ। ਅੱਜ ਜਦੋਂ ਨਾ ਮੁਲਾਇਮ ਸਿੰਘ ਪਾਰਟੀ ਦੇ ਪੱਲੇ ਕੁਛ, ਨਾ ਇਹਨਾਂ ਦੇ ਪੱਲੇ ਕੁਛ ਜੀ, ਦੋਵੇਂ ਇਕੱਠੇ ਹੋਏ ਆ ਅਤੇ ਹੋਏ ਭੈਣ ਭਰਾ ਨਹੀਂ। ਮੁਲਾਇਮ ਦੇ ਮੁੰਡੇ ਨੇ ਆਖਿਆ ਸੀ ਮੇਰੀ ਭੂਆ, ਇਹਨੇ ਪਹਿਲਾਂ ਆਖਿਆ ਮੈਂ ਕਿਸੇ ਦੀ ਭੂਆ ਨਹੀਂ ਲੱਗਦੀ ਜੀ, ਉਹਨੇ ਦੂਜੀ ਵਾਰੀ ਆਖਿਆ ਮੇਰੀ ਭੂਆ, ਇਹਨੇ ਆਖਿਆ ਮੈਂ ਨਹੀਂ ਲੱਗਦੀ, ਤੀਜੀ ਵਾਰੀ ਉਹ ਘਰ ਜਾ ਵੜਿਆ ਕਹਿੰਦਾ ਮੇਰੀ ਤਾਂ ਭੂਆ, ਫਿਰ ਭੂਆ ਨੇ ਆਖਿਆ ਜਿਉਂਦਾ ਰਹੇ ਪੁੱਤ ਜੀ, ਉੱਥੋਂ ਇਹ ਭੂਆ ਭਤੀਜਾ ਰਲ ਗਏ। ਪਹਿਲੀ ਵਾਰ ਮੁਲਾਇਮ ਸਿੰਘ ਅਤੇ ਮਾਇਆਵਤੀ ਦੋਵੇਂ ਭੈਣ ਭਰਾ 26 ਸਾਲਾਂ ਬਾਅਦ ਇੱਕ ਸਟੇਜ 'ਤੇ ਇਕੱਠੇ ਹੋਏ ਨੇ। ਜਦੋਂ ਉੱਤਰ ਪ੍ਰਦੇਸ਼ 'ਚ ਇਹ ਦੋਵੇਂ ਯਾਦਵ ਅਤੇ ਦਲਿਤ ਆਪੋ 'ਚ ਮਿਲ ਜਾਂਦੇ ਨੇ ਜੀ, ਉਸ ਇਕੁਏਸ਼ਨ ਨਾਲ ਇੱਕ ਇਹੋ ਜਿਹਾ ਸਮੀਕਰਨ ਬਣਦਾ ਕਿ ਦੂਸਰਿਆਂ ਨੂੰ ਅੱਗੇ ਲਾ ਸਕਦੇ ਆ। ਜੇ ਇਸ ਤਰ੍ਹਾਂ ਤੁਰੇ ਗਏ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਨਤੀਜੇ ਬੜੇ ਵੱਖਰੀ ਕਿਸਮ ਦੇ ਵੀ ਪੇਸ਼ ਕਰ ਸਕਦੇ ਜੀ। ਪੰਨੂ ਸਾਹਿਬ, ਕਾਂਗਰਸ ਦੀ ਮਹਿਲਾ ਆਗੂ ਪ੍ਰਿਯੰਕਾ ਚਤੁਰਵੇਦੀ, ਪਹਿਲੇ ਉਹਨਾਂ ਨੇ ਕਾਂਗਰਸ ਛੱਡੀ ਅਤੇ ਨਾਲ ਹੀ ਸ਼ਿਵ ਸੈਨਾ ਦੇ ਵਿੱਚੋਂ ਸ਼ਾਮਿਲ ਹੋ ਗਏ, ਪਾਰਟੀ ਨੂੰ ਛੱਡਣ ਅਤੇ ਦੂਜੀ ਪਾਰਟੀ 'ਚ ਸ਼ਾਮਿਲ ਹੋਣ ਦਾ ਕੀ ਚੱਕਰ ਹੈ? ਜਿਹੜੀ ਪ੍ਰਿਯੰਕਾ ਚਤੁਰਵੇਦੀ ਹੈ, ਸਿਆਣੇ ਬੁਲਾਰਿਆਂ 'ਚੋਂ ਆ ਜੀ, ਉਹ ਪ੍ਰੈਸ ਵਿੱਚ ਵੀ ਆਉਂਦੀ ਹੈ ਅਤੇ ਠਾ ਸੋਟਾ ਨਹੀਂ ਮਾਰਦੀ, ਦਲੀਲਾਂ ਨਾਲ ਗੱਲ ਕਰਦੀ ਆ। ਭਾਰਤੀ ਜਨਤਾ ਪਾਰਟੀ ਦੇ ਖਿਲਾਫ ਵੱਖ ਵੱਖ ਮੰਚਾਂ 'ਤੇ, ਪ੍ਰੈਸ ਕਾਨਫਰੰਸਾਂ 'ਚ, ਆਹਮੋ ਸਾਹਮਣੇ ਡਿਬੇਟ ਵਿੱਚ ਇੰਨਾ ਖੁੱਲ੍ਹ ਕੇ ਹਿੱਸਾ ਲੈਂਦੀ ਰਹੀ ਹੈ, ਜਿਹਨੇ ਦੀ ਆਸ ਨਹੀਂ ਸੀ ਕਿਉਂਕਿ ਉਮਰ ਪੱਖੋਂ ਛੋਟੀ ਹੈ ਪਰ ਅਕਲ ਪੱਖੋਂ ਮਚੋਰ ਸੀ ਜੀ, ਅਤੇ ਉਹਦੀਆਂ ਦਲੀਲਾਂ ਇੰਨੀਆਂ ਕਾਟ ਕਰਦੀਆਂ ਸੀ
कि जिहड़े भारतीय जनता पार्टी के समर्थक है, मैं नहीं कहिंदा कि लीडरशिप ने कराया, पर उन्हां दे समर्थकां ने इस कुड़ी के खिलाफ इन्ना गंद बंद सोशल मीडिया से बकया, इहदी धी दे खिलाफ भी बकया, इत्थों तक भी है। वो होया कि एक थां ते उत्तर प्रदेश विच गई ते उत्थे दे नाल कुछ बदसलूकी की गई ते कीती कांग्रेस पार्टी के प्रोग्राम च कांग्रेस के वर्करां ने जी, उन्हां दे खिलाफ कार्रवाई हुई। हुण आ गईआं ने चोणां, चोणां दे विच माड़ा चंगा जिद्दां दा भी कोई आवे उहनूं आखीदा अच्छा तूं आ जा, वो जिहड़े बंदे उदों कढे सी उहनां दा असर भी हैगा। उन्होंने जाके पार्टी के एक स्टार कंपेनर ज्योतिरादित्य सिंधिया उहदे गल की कि असी वापस आने तैयार हैं, उन्हें आख्या आ जाओ तुहानू माफ़ी मंगनी पैनी, उन्हें आख्या जी मंग लेंगे, माड़ी मोटी माफ़ी मंगा के वापस लैंदा। प्रियंका चतुर्वेदी उदों तो बहुत इस गल ते नाराज़ सी कि मेरे नाल बदसलूकी की गई है जी, भाजपा वाले वट्टे मारन पत्थर मारन मैं जर लूँ, दूसरिया पार्टियां वाले कुछ करन मैं जर लूँ, पर जे मेरी अपनी पार्टी के अंदरों इन्होंने बंदियां ने कुछ करना गुंडागर्दी करनी है तो मैं किदां बर्दाश्त करा जी। उस गल ते वो बहुत नाराज़ सी, तो पार्टी उन्हें नाराजगी वेखनी चाहिए सी, हुण पार्टी ने उहदी नाराजगी दे वेखण दे नाल नाल दूसरा पक्ष भी वेखणा कि लोक सभा चोणां दे विच इह भी नहीं वेख्या जांदा कि बंदे दे ऐब किन्ने, वेख्या जांदा कि जित जाऊ कि नहीं, उहनूं टिकटां दित्तियां जांदियां ने जी। जदों इस वेले लोक सभा चोणां चलदियां पईआं, पार्टी अपना सारा समां सारा ध्यान इस गल ते ला रही है कि फलानी सीट किदां कढ़नी, फलानी किदां कढ़नी, जातां दे समीकरण किदां जी, बरादरियां दे किदां, किहड़े बंदे दे पिछे बंदे किन्ने क है, चोण सीट कढ़ सकदा कि नहीं कढ़ सकदा। उन्होंने उत्थों उत्तर प्रदेश चो जिहड़े बंदे उदों नाराज़ होए सी ते जिन्हां नूं प्रियंका चतुर्वेदी दा करके कढ़िया गया सी, उन्हां नूं पार्टी च लै लिया जी। प्रियंका चतुर्वेदी ने सोशल मीडिया ते जाके पार्टी दे इस कदम दे खिलाफ काफ़ी कुछ लिखिया, ते लिखे जाण तों बाद पार्टी लीडरशिप नूं उस वेले सद के उहदे नाल गल करनी चाहीदी सी जी। इन्हां ने गल कीती नहीं ते फिर मरदा की नहीं करदा, वो आके उन्हें आख्या चंगा फिर तुसीं संभालो पार्टी, जे इस पार्टी च उन्हां लोकां नूं थां जिहड़े नाल मेरी बेइज्जती कीती है जी, मैं फिर कोई होर घर लभ लैनी आ, वह पार्टी छड्डण नूं ना वी दिल करदा होवे, इस तरह कई बार बंदा मजबूर हो जांदा, उदां उहदा पिछले समय च रोल माड़ा नहीं सी जी। ਪੰਨੂ ਸਾਹਿਬ, ਖਬਰਾਂ ਇਹ ਵੀ ਮਿਲ ਰਹੀਆਂ ਨੇ ਕਿ ਪੰਜਾਬ ਸਰਕਾਰ ਦੇ ਕਿਸੇ ਵੀ ਵਿਭਾਗ ਦਾ ਕੰਮ ਹੁਣ ਵਟਸਐਪ ਦੇ ਜ਼ਰੀਏ ਨਹੀਂ ਕੀਤਾ ਜਾਵੇਗਾ, ਇਸ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਵਟਸਐਪ ਜਿਹੜਾ ਇਹ ਕੋਈ ਉੱਦਾਂ ਵੀ ਆਫੀਸ਼ੀਅਲ ਇਨਫੋਰਮੇਸ਼ਨ ਦਾ ਬਹੁਤਾ ਸੋਰਸ ਨਹੀਂ ਬਣ ਸਕਦਾ। ਇਹ ਤਾਂ ਵਟਸਐਪ 'ਤੇ ਇੱਕ ਤਾਂ ਇਹ ਆ ਕਿ ਬੰਦਾ ਨਹੀਂ ਡਾਕੀਆ ਭੇਜਿਆ ਅਤੇ ਇੱਕ ਟੈਲੀਫੋਨ ਦੇ ਰਾਹੀਂ ਉਹ ਚਿੱਠੀ ਭੇਜਤੀ ਅਤੇ ਫੋਟੋ ਕਰਕੇ ਹਾਂਜੀ, ਪਰ ਇਹ ਫੋਟੋ ਜਾਇਜ਼ ਜਾ ਰਹੀ ਕਿ ਨਜਾਇਜ਼ ਜਾ ਰਹੀ, ਇਹਨੂੰ ਕੌਣ ਚੈੱਕ ਕਰੂ? ਈਮੇਲ ਤੋਂ ਚੈੱਕ ਕੀਤਾ ਜਾ ਸਕਦਾ, ਕਈ ਚੀਜ਼ਾਂ ਨੇ, ਹੁਣ ਈਮੇਲ ਆਈ ਡੀ ਸਾਰੇ ਮੁਲਾਜ਼ਮਾਂ ਦੀ, ਸਾਰੇ ਅਫਸਰਾਂ ਦੀ ਹੈ ਨਹੀਂ ਜੀ, ਉਹਦਾ ਕਰਕੇ ਵੀ ਅਟਣਾ ਪੈਂਦੀਆਂ ਸੀ। ਦੂਜਾ ਕੀ ਹੈ, ਪਿਛਲੇ ਦਿਨਾਂ 'ਚ ਕੀ ਹੋਇਆ, ਆ ਜਲੰਧਰ ਦੇ ਫਾਦਰ ਐਂਥਨੀ ਵਾਲੇ ਕੇਸ ਦੇ ਵਿੱਚ ਜਿਹੜੀ ਖੰਨੇ ਦੀ ਪੁਲਿਸ ਜਲੰਧਰ ਛਾਪਾ ਮਾਰਨ ਆਈ, ਉਹ 'ਚ ਦੋ ਥਾਣੇਦਾਰ ਇਹੋ ਜਿਹੇ ਸੀ ਜਿਹਨਾਂ ਡਿਊਟੀ ਪਟਿਆਲੇ ਆ ਜੀ, ਕਹਿੰਦੇ ਜੀ ਉਹਨਾਂ ਦੇ ਟਰਾਂਸਪੋਰਟ ਦੇ ਆਰਡਰ ਆਇਆ ਕਿ ਤੁਸੀਂ ਖੰਨੇ ਚਲੇ ਗਏ ਹੋ, ਅਤੇ ਆਰਡਰ ਆਏ ਵਟਸਐਪ 'ਤੇ, ਅਤੇ ਉਹ ਖੰਨੇ ਆ ਗਏ ਅਤੇ ਖੰਨੇ ਤੋਂ ਇੱਥੇ ਆ ਗਏ ਅਤੇ ਤੁਹਾਨੂੰ ਵਾਪਸ ਚਲੇ ਗਏ, ਅਤੇ ਬਾਅਦ 'ਚ ਪਤਾ ਲੱਗਾ ਕਿ ਉਹਨਾਂ ਦੇ ਇਹੋ ਜਿਹੇ ਕੋਈ ਆਰਡਰ ਬਣੇ ਹੀ ਨਹੀਂ, ਜੇ ਬਣੇ ਨਹੀਂ ਉਹ ਕਿੱਥੋਂ ਕਿੱਥੇ ਚਲੇ ਗਏ, ਕਿਤਰਾ ਆ ਗਏ ਇੱਥੇ ਜੀ, ਇਹਦੇ ਨਾਲ ਨੁਕਸਾਨ ਹੋਇਆ। ਇਹਦੇ ਤੋਂ ਪਹਿਲਾਂ ਵੀ ਵਟਸਐਪ ਦੀ ਦੁਰਵਰਤੋਂ ਹੁੰਦੀ ਰਹੀ ਆ, ਹਰਿਆਣੇ ਦੇ ਪਿਛਲੇ ਸਾਲ ਜੁਡੀਸ਼ੀਅਲ ਜੱਜਾਂ ਦੇ ਸਾਰੇ ਇਮਤਿਹਾਨ ਰੋਕਣੇ ਕਿਉਂ ਪਏ ਸੀ? ਜਿਹੜੀ ਕੁੜੀ ਟਾਪਰ ਸੀ ਉਹਨੂੰ ਜੇਲ੍ਹ ਜਾਣਾ ਪੈ ਗਿਆ, ਕਿਉਂਕਿ ਜਿਹੜੇ ਅੰਦਰ ਪੇਪਰ ਤਿਆਰ ਕੀਤਾ ਗਿਆ ਸੀ ਉਹ ਜਿਹੜੇ ਇੱਕ ਬੰਦੇ ਨੇ ਹਾਈ ਕੋਰਟ ਦੇ ਨਾਲ ਸੰਬੰਧ ਰੱਖਦੇ ਨੇ ਸਟਾਫ ਦੇ ਵਿੱਚੋਂ ਇੱਕ ਨੇ, ਬਾਹਰ ਲੀਕ ਕਰਨਾ ਸੀ, ਉਹਨੇ ਘੱਲਣਾ ਸੀ ਕਿਸੇ ਕੁੜੀ ਨੂੰ ਟਾਪਰ ਨੂੰ, ਉਹਦੇ ਬਜਾਏ ਰਲਦੇ ਮਿਲਦੇ ਨਾਚ ਕਿਸੇ ਹੋਰ ਨੂੰ ਭੇਜ ਚੁੱਕਾ, ਭੇਜ ਬੈਠਾ, ਉਹਨੇ ਸ਼ਿਕਾਇਤ ਕਰ ਦਿੱਤੀ ਕਿ ਮੇਰੇ ਕੋਲ ਆਇਆ ਪਤਾ ਨਹੀਂ ਕਿੱਥੋਂ, ਉਹੋ ਹੀ ਪੇਪਰ ਸੀ ਅਸਲੀ। ਉਹ ਇੱਦਾਂ ਦੀਆਂ ਗੱਲਾਂ ਕਈ ਵਾਰੀ ਵਟਸਐਪ 'ਤੇ ਇੱਧਰ ਉੱਧਰ ਕਈ ਕੁਛ ਗੜਬੜ ਹੋ ਜਾਂਦਾ ਜੀ। ਸਰਕਾਰ ਜੇ ਚਾਹੁੰਦੀ ਆ ਕਿ ਆਫੀਸ਼ੀਅਲ ਇਨਫੋਰਮੇਸ਼ਨ ਦਾ ਸੋਰਸ ਜਿਹੜਾ ਈਮੇਲ ਹੋਵੇ, ਬਕਾਇਦਾ ਤੌਰ 'ਤੇ ਸਾਰਾ ਕੁਝ ਹੋਵੇ, ਤਾਂ ਠੀਕ ਆ ਗੱਲ, ਵਟਸਐਪ ਦੀ ਬਥੇਰੀ ਦੁਰਵਰਤੋਂ ਹੁੰਦੀ ਆ, ਈਮੇਲ ਆ ਜਾਵੇ ਮੁੜ ਕੇ ਜਿਹਨੂੰ ਕਹਿੰਦੇ ਭੇਜਣੀ ਭੇਜੀ ਜਾਵੇ ਜੀ, ਪਰ ਵਟਸਐਪ 'ਤੇ ਮੈਂ ਇੱਕ ਕਿਸਮ ਦਾ ਬਹਾਨਾ ਜਿਹਾ, ਬਈ ਮੇਰੇ ਕੋਲ ਆ ਗਈ ਹੈ, ਤੇਰੇ ਕੋਲ ਵੀ ਆ ਗਈ ਹੈ, ਚੱਲ ਸਾਹ ਤੂੰ ਚੈੱਕ ਕਰ ਲਾ, ਅਸਲੀ ਉਹ ਸਬੂਤ ਦੇ ਤੌਰ 'ਤੇ ਵਰਤੀ ਜਾਣੀ ਔਖਾ ਹੋ ਜਾਂਦਾ ਜੀ। ਜੇ ਪੰਜਾਬ ਸਰਕਾਰ ਇਹੋ ਜਿਹਾ ਫੈਸਲਾ ਕਰਦੀ ਹੈ ਤਾਂ ਫੈਸਲਾ ਮਾੜਾ ਨਹੀਂ, ਬਲਕਿ ਇਹ ਆ ਕਿ ਇਹੋ ਫੈਸਲਾ ਸੈਂਟਰ ਗੌਰਮੈਂਟ ਨੂੰ ਵੀ, ਚੋਣ ਕਮਿਸ਼ਨ ਨੂੰ ਵੀ, ਬਾਕੀ ਸਾਰਿਆਂ ਨੂੰ ਕਰਨਾ ਚਾਹੀਦਾ। ਪਰ ਇਹਦੇ ਤੋਂ ਪਹਿਲਾਂ ਜਿਹੜੀਆਂ ਆਹ ਦਲੀਲਾਂ ਨੇ ਕਿ ਅਜੇ ਤਾਂ ਜੀ ਸਾਰੇ ਮੁਲਾਜ਼ਮਾਂ ਦੀ ਆਫੀਸ਼ੀਅਲ ਆਈ ਡੀ ਨਹੀਂ ਬਣੀ, ਆਈ ਡੀ ਬਣਨ 'ਤੇ ਕਿੰਨੇ ਮਿੰਟ ਲੱਗਦੇ ਨੇ? ਤੁਸੀਂ ਨਵੀਂ ਈਮੇਲ ਆਈ ਡੀ ਬਣਾਓ, 10 ਸੈਕਿੰਡ ਦੇ ਵਿੱਚ ਬਣ ਜਾਂਦੀ ਹੈ, ਅਤੇ ਜੇ 10 ਸੈਕਿੰਡ 'ਚ ਬਣ ਜਾਂਦੀ ਹੈ ਅਤੇ 1 ਮਿੰਟ ਦੇ ਵਿੱਚ 4 ਜਾਂ 5 ਬਣਾਈਆਂ ਜਾ ਸਕਦੀਆਂ ਨੇ ਜੀ, ਅਤੇ 1 ਘੰਟੇ 'ਚ 200 ਤੋਂ ਵੱਧ ਬਣਾਈਆਂ ਜਾ ਸਕਦੀਆਂ ਨੇ,
तो बना दौ ये आखना जी अजे तक सारे लोगों की ईमेल आई डी नहीं बनी सरकारी तौर पर नहीं बनी इस करके असं उन्होंने मौका दे रहे हैं इदा दिया जो दलील ने इदा के जो बहाने ने जुजत ने वो छड़ के सीधे तौर पर उत्थे आना चाहिए कि तरीका वह वरत्या जाए जिहड़ा सबूत के तौर पर भी कल पेश हो सके जिस गड़बड़ की गुंजाइश ना हो ज्यादा ठीक वो हो जी पर उस अभी तो गल हो गई कि काम करन दा जिहड़ा कि कोई बहाना नहीं है तो ना करन दे 100 बहाने ने हाँ जी पर उस सब खास मुद्दे पर अपनी राय देने लिए खास तौर पर धन्यवाद अज के प्रोग्राम प्राइम डिस्कशन के बस इन्ना ही मेरे मनप्रीत को दियो इजाजत तुम देखते रहो प्राइम मिनिस्टर टीवी थोड़ा अपना थोड़े लिए धन्यवाद